ਕਵਲ ਨੇ ਅੰਮ੍ਰਿਤਸਰ ਤੋਂ ਜਿੱਥੇ ਹੜ ਪੀੜਤਾਂ ਦੀ ਮਦਦ ਲਈ ਕਾਂਗਰਸੀ ਆਗੂ ਡੀਸੀ ਨੂੰ ਮੰਗ ਪੱਤਰ ਸੌਂਪਿਆ। ਪਿਛਲੇ ਦਿਨੀ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਜਾਨੀ ਨੁਕਸਾਨ ਤੋਂ ਇਲਾਵਾ ਲੱਖਾਂ ਏਕੜ ਫਸਲ ਤਬਾਹ ਹੋ ਗਈ, ਘਰ ਢਹਿ ਢੇਰੀ ਹੋ ਗਏ, ਪਸ਼ੂ ਮਾਰੇ ਗਏ, ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਅਤੇ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸੰਬੰਧੀ ਪੰਜਾਬ ਕਾਂਗਰਸ ਦੀ ਤਰਫੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਅਪੀਲ ਕੀਤੀ। ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਹਰ ਪ੍ਰਤਾਪ ਸਿੰਘ ਅਜਨਾਲਾ ਅਤੇ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ, ਸੀਨੀਅਰ ਆਗੂ ਭਗਵੰਤ ਪਾਲ ਸਿੰਘ ਸੱਚਰ ਆਦਿ ਡੀਸੀ ਅਮਿਤ ਤਲਵਾੜ ਨੂੰ ਮੰਗ ਪੱਤਰ ਦਿੱਤਾ ਤੇ ਪ੍ਰਭਾਵਿਤ ਲੋਕਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਹਰ ਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਫਸਲ ਦੇ ਨੁਕਸਾਨ ਦਾ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਰੀਬ 5 ਲੱਖ ਏਕੜ ਦੀ ਫਸਲ ਬਰਬਾਦ ਹੋ ਗਈ, ਜਿਨ੍ਹਾਂ ਦੇ ਘਰ ਢਹਿ ਗਏ ਨੇ ਉਹਨਾਂ ਨੂੰ 5-5 ਲੱਖ ਰੁਪਏ, ਜ਼ਖਮੀਆਂ ਨੂੰ 5-5 ਲੱਖ ਰੁਪਏ ਦੇਣੇ ਚਾਹੀਦੇ ਨੇ। ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ, ਕਾਰੋਬਾਰ ਤਬਾਹ ਹੋਣ ਵਾਲਿਆਂ ਨੂੰ 2-2 ਲੱਖ ਰੁਪਏ ਤੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਤਾਂ 50,000 ਪ੍ਰਤੀ ਪਸ਼ੂ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ, ਆਓ ਮਾਰਦੇ ਪੂਰੀ ਖਬਰ ਤੇ ਨਜ਼ਰ। मैं डिस्ट्रिक्ट कांग्रेस कमेटी अमृतसर रूरल का प्रधान होने के नाते साड़ी ड्यूटी लगी सी। राजा बड़िंग जी साढ़े PPC के प्रधान ने, असी एक मंग पत्र देना है DC नूं, और वो मंग पत्र जिहड़ा है वो सारे इलाके दीआं मुश्किलां, सारे पंजाब का जो इस वेले नुकसान होया है उहदे बारे बड़ी डिटेल नाल असी लिख के उन्होंने दिता है, और असी वो जिहड़ा मैमोरेंडम सारिआं ने दिता है, और सारे हल्के जिन्ने ने साडे देहात दे ਭਲਾਈਪੁਰ ਸਾਹਿਬ ਆਏ ਨੇ, ਉੱਥੋਂ ਬਾਬੇ ਬਕਾਲੇ ਤੋਂ ਸੱਚਰ ਸਾਹਿਬ ਆਏ ਨੇ, ਸਾਡੇ ਉੱਥੋਂ ਮਜੀਠੇ ਤੋਂ ਸਾਡੇ ਸਾਰੇ, ਮੈਂ ਅਜਨਾਲੇ ਨੂੰ ਰਿਪ੍ਰਜੈਂਟ ਕਰਦਾ ਹਾਂ, ਔਰ ਸਾਰਿਆਂ ਦੇ ਨੁਮਾਇੰਦੇ ਆਏ ਨੇ ਰਾਜਸਾ ਸੀ ਆਪਣਾ ਹਲਕਿਆਂ ਵੱਲੋਂ ਪਲੱਸ ਅੰਮ੍ਰਿਤਸਰੀ ਸ਼ਹਿਰੀ, ਹਾਂਜੀ ਰਾਜਸਾ ਸੀ ਹਲਕਾ ਜਿਹੜਾ ਆ ਉਹ ਸਾਡੇ ਮੰਤਰੀ ਸਾਹਿਬ ਰਿਪ੍ਰਜੈਂਟ ਕਰਦੇ ਨੇ, MLA ਸਾਹਿਬਾਂ ਨੇ, ਸਰਕਾਰੀ ਸਾਹਿਬ ਉਹਨਾਂ ਦੇ ਨੁਮਾਇੰਦੇ ਵੀ ਆਏ ਨੇ, ਔਰ ਅੰਮ੍ਰਿਤਸਰ ਸ਼ਹਿਰੀ ਜਿਹੜਾ ਹੈ ਪ੍ਰਧਾਨ ਅਸ਼ਵਨੀ ਪੱਪੂ ਜੀ ਉਹਨਾਂ ਦੇ ਕਮਿਸ਼ਨਰ ਆਏ ਨੇ। ਅਸੀਂ ਸਾਰਿਆਂ ਨੇ ਇਕਮੁੱਠ ਹੋ ਕੇ ਬੜੀ ਪੁਰਜ਼ੋਰ ਅਪੀਲ ਕੀਤੀ ਹੈ, DC ਸਾਹਿਬਾਂ ਨੂੰ ਅਸੀਂ ਮੈਮੋਰੈਂਡਮ ਦਿੱਤਾ ਹੈ, ਔਰ ਮੈਮੋਰੈਂਡਮ ਦੇ ਵਿੱਚ ਇੰਨੀ ਜ਼ਬਰਦਸਤ ਡਿਟੇਲ ਹੈ, ਉਹ ਤੁਸੀਂ ਮੈਮੋਰੈਂਡਮ ਦੀ ਕਾਪੀ ਲੈ ਲਿਓ ਔਰ ਤੁਸੀਂ ਵੇਖੋਗੇ ਕਿ ਇਸ ਵੇਲੇ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਨੇ ਉਹ ਜਾਇਜ਼ ਨੇ, ਜੈਨੂਇਨ ਨੇ, ਔਰ ਮੈਂ ਸਮਝਦਾ ਕਿਸਾਨ ਔਰ ਇੱਥੋਂ ਦੇ ਲੋਕ ਬਚਦੇ ਤਾਂ ਨੇ, ਪੰਜਾਬ ਤਾਂ ਬਚਦਾ ਜੇ ਉਹ ਸਾਡੀਆਂ ਮੰਗਾਂ ਲਈ ਜਿਹੜਾ ਸਪੈਸ਼ਲ ਪੈਕੇਜ ਅਸੀਂ ਮੰਗਿਆ ਉਹ ਸਾਨੂੰ ਦਿੱਤਾ ਜਾਏਗਾ ਤਾਂ ਸਾਡਾ ਪੰਜਾਬ ਜਿਹੜਾ ਮੁੜ ਗਿਆ ਜਾਏਗਾ, ਮੁੜ ਫਿਰ ਤੁਰੇਗਾ, ਇਹ ਅਸੀਂ ਦੇਖ ਕੇ ਅੰਦਰ। ਧੰਨਵਾਦ ਜੀ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।